ਸੋ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਕੀ ਹਾਲ ਚਾਲ। 4:30 ਚੱਲਿਆ ਸੀਗਾ ਜਲਗਾਓਂ ਤੋਂ, ਸਵੇਰੇ 3:30 ਉੱਠ ਕੇ ਨਹਾ ਧੋ ਕੇ ਰੈਡੀ ਹੋ ਕੇ ਅਤੇ ਚਾਲੇ ਪਾਤੀ ਹੈ ਜੀ ਮਨਮਾੜ, ਸ਼ਿਰੜੀ ਅਤੇ ਅਹਿਮਦਨਗਰ ਨੂੰ। ਠੀਕ ਹੈ, ਹੁਣ ਇੱਥੋਂ ਇਹ 300 ਕਿਲੋਮੀਟਰ ਹੈ, 100 ਕਿਲੋਮੀਟਰ ਮੈਂ ਕਵਰ ਕਰ ਚੁੱਕਿਆ ਸਵੇਰ ਦਾ। ਹਾਈਵੇ ਹੈ ਜੀ, ਠੀਕ ਹੈ ਜੀ, ਧੁਲੀਆ ਤੋਂ ਇਹ ਨਾਗਪੁਰ ਨੂੰ ਜਾਂਦਾ ਹੈ, ਸਿੱਧਾ ਬੰਬੇ ਤੋਂ ਆਉਂਦਾ, ਸੂਰਤ ਤੋਂ, ਸੂਰਤ ਵਾਲੀ ਲੈਣਾ ਇਹ। ਅਤੇ ਇੱਥੋਂ ਤੱਕ ਤਾਂ ਹਾਈਵੇ ਹੈਗਾ, ਅੱਗੇ ਬਹੁਤ ਰਸਤਾ ਖਰਾਬ ਹੈ, ਨਵਾਂ ਬਣੀ ਜਾਂਦਾ, ਬਹੁਤ ਬੁਰਾ ਹਾਲ ਆ। ਚੱਲਦੇ ਹੁਣ, ਦੇਖਦਾ ਮੈਂ ਮਨਮਾੜ ਗੁਰਦੁਆਰੇ ਦੀ ਗੱਲ ਰਾਤ ਕੀਤੀ ਸੀਗੀ, ਉਹ ਕਹਿੰਦੇ ਵੀ ਲੋਕਡਾਊਨ ਕਰਕੇ ਬੰਦ ਹੈ ਗੁਰਦੁਆਰਾ, ਵੀ ਜੇ ਦਰਸ਼ਨ ਵੀ ਕਰਨੇ ਆ ਤਾਂ ਸਵੇਰੇ 4 ਵਜੇ ਤੋਂ 5 ਵਜੇ ਜੇ ਅੰਮ੍ਰਿਤ ਵੇਲੇ ਆ ਜਾਓ, ਉਸ ਤੋਂ ਬਾਅਦ ਨਹੀਂ। ਤੋ ਜੇ ਦੇਖਦੇ ਹਾਂ, ਜੇ ਟਰਾਈ ਬਾਹਰੋਂ ਕਿਤੇ ਪੁੱਛ ਲਾਂਗੇ ਵੀ ਜੇ ਹੋਇਆ ਤਾਂ, ਨਹੀਂ ਤਾਂ ਫਿਰ ਸ਼ਹਿਰ ਦੇ ਵਿੱਚ ਨਹੀਂ ਵੜਦੇ, ਫਿਰ ਬਾਹਰੋਂ ਬਾਹਰ ਨਿਕਲ ਜਾਂਗੇ। ਚਲੋ ਫਿਰ ਮਿਲਦੇ ਹਾਂ ਕਿਤੇ ਮਨਮਾੜ, ਮਿਲਦੇ ਹਾਂ। ਕਦੇ ਕਦੇ ਆ ਸਾਹਮਣੇ ਉਹ ਅੱਖਾਂ 'ਚ ਸੂਰਜ ਪੈਂਦਾ ਅਤੇ ਅੱਜ ਮਗਰੋਂ ਪਈ ਜਾਂਦਾ ਵਿਸ਼ੇ 'ਚੋਂ। ਦੱਸਦਾ ਪਿਆ, ਦੱਸਦਾ ਪਿਆ ਹੈਗਾ ਇੱਕ ਨਾ, ਇੱਥੇ ਜਿੰਨੇ ਵੀ ਉਹ ਦੱਸਦੇ ਪਏ ਆ ਪਹਾੜ, ਉਹਦੇ ਉੱਪਰ ਨਾ ਬੱਦਲ ਹੋਏ ਹੋਏ ਆ, ਅਤੇ ਵੇਖਣ ਨੂੰ ਐਂ ਲੱਗਦਾ ਜਿਵੇਂ ਨਾ ਉਹ ਜਿਵੇਂ ਬੱਦਲ ਹੋਏ ਵੇ ਉੱਪਰ, ਮੈਂ ਤੁਹਾਨੂੰ ਦਿਖਾਉਂਦਾ ਜੂਮ ਕਰਕੇ, ਆਵੇ ਆਹ ਜਿਵੇਂ ਬੱਦਲ ਲੱਗੇ ਜਾਂਦੇ, ਐਂ ਲੱਗਦਾ ਜਿਵੇਂ ਪਹਾੜ ਹੁੰਦੇ ਆ, ਪਰ ਅਸਲ ਵਿੱਚ ਇਹ ਬੱਦਲ ਹੈ। ਉਹ ਵੇਖਦਾ ਇੱਕ ਉਹ ਬੱਦਲ ਲੱਗਦਾ ਜਿਵੇਂ ਮਾਊਂਟ ਐਵਰੈਸਟ ਹੁੰਦੀ ਹੈ। ਇਹ ਹੈ ਜੀ ਮਾਲੇਗਾਓਂ ਤੋਂ ਮਨਮਾੜ ਰੋਡ, ਮਨਮਾੜ ਨਾਲ ਗਿਆ 10 ਕਿਲੋਮੀਟਰ। ਇੱਥੋਂ ਦੀ ਜ਼ਮੀਨ ਇੱਦਾਂ ਦੀ ਹੈ, ਇੱਦਾਂ ਦੀ ਰੋਡ ਇੱਦਾਂ ਦਾ ਹੈ, ਕਿਤੇ ਕਿਤੇ ਉਹ ਅਜੀਬ ਜਿਹਾ ਮਿਲਦਾ, ਸਟਾਰਟਿੰਗ ਜੇ ਖਰਾਬ ਮਿਲਦਾ, ਉਸ ਤੋਂ ਬਾਅਦ ਠੀਕ ਹੋ ਜਾਂਦਾ ਰੋਡ। ਵਿੱਚ ਜੇ ਬਾਹਲਾ ਵਧੀਆ ਵਿਊ ਆਇਆ ਸੀ, ਪਰ ਉਹ ਪਹਾੜੀ ਇਲਾਕਾ ਸੀਗਾ, ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾ ਸਕਿਆ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸ ਨਹੀਂ ਸਕਦਾ ਵੀ ਮੈਂ ਅੱਜ ਕਿੰਨਾ ਖੁਸ਼ ਹਾਂ। ਗੁਰਦੁਆਰਾ ਗੁਪਤਸਰ ਸਾਹਿਬ ਜੀ ਅਤੇ ਮਨਮਾੜ ਦੇ ਵਿੱਚ ਪਹੁੰਚੇ ਹਾਂ, ਜਾਣਾ ਤਾਂ ਅੱਗੇ ਸੀਗਾ, ਪਰ ਮੈਂ ਕਿਹਾ ਵੀ ਜੇ ਮੌਕਾ ਮਿਲੇ ਤਾਂ ਜ਼ਰੂਰ ਆਪਾਂ ਦਰਸ਼ਨ ਕਰਕੇ ਜਾਈਏ। ਪ੍ਰਸ਼ਾਦਾ ਪਾਣੀ ਛਕ ਲਿਆ ਅਤੇ ਪ੍ਰਸ਼ਾਦ ਵੀ ਲੈ ਲਿਆ ਘਰ ਵਾਸਤੇ ਵੀ। ਚਲੋ ਦੱਸ ਨਹੀਂ ਸਕਦਾ ਯਾਰ ਕਿੰਨਾ ਖੁਸ਼ ਹਾਂ ਮੈਂ। ਮਾਲਕ ਦੀ ਸਭ ਇਹ ਹੈ ਨਾ ਦਾਤ ਹੁੰਦੀ ਆ ਜਿਹੜੀ ਆਪਾਂ ਨੂੰ ਉਹਦੀ, ਅਤੇ ਲੋਕਡਾਊਨ 'ਚ ਹੁਣ ਅੱਜ ਹੀ ਖੋਲ੍ਹਿਆ ਇਹਨਾਂ ਨੇ, ਅਤੇ ਗਿਣਤੀ ਦੇ ਬੰਦੇ ਅੰਦਰ ਆ ਸਕਦੇ ਆ, ਮੂੰਹ ਢੱਕ ਕੇ ਆ ਸਕਦੇ ਆ, ਜਿਵੇਂ ਮਤਲਬ ਮੈਂ ਹੁਣ ਮੂੰਹ ਢੱਕ ਰੱਖਿਆ ਨਹੀਂ ਕਿਉਂਕਿ ਮੈਂ ਓਪਨ ਲਈ ਹੈਗਾ, ਮੈਂ ਇਹਨਾਂ ਨੇ ਬਾਡੀ ਟੈਂਪਰੇਚਰ ਚੈੱਕ ਕੀਤਾ ਸੀ, ਅਤੇ ਹੁਣ ਮੈਂ ਚਾਲੇ ਪਾਈਏ ਕਿਉਂਕਿ ਮੈਂ ਲੰਮਾ ਸਫ਼ਰ ਹੈ, ਫਿਰ ਲੇਟ ਹੋਇਆ ਮੈਂ ਅੱਗੇ ਜਾਣਾ ਅਹਿਮਦਨਗਰ। ਅਤੇ ਇਹ ਹੈ ਜੀ ਗੁਰਦੁਆਰਾ ਗੁਪਤਸਰ ਸਾਹਿਬ। ਵਾਹਿਗੁਰੂ 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 ਵਾਹਿਗੁਰੂ। ਮਨਮਾੜ ਤੋਂ ਮੈਂ ਨਿਕਲਿਆ ਹੀ ਸੀਗਾ, ਮਨਮਾੜ ਤੋਂ ਹਜੇ ਮੈਂ ਸ਼ਿਰੜੀ ਰੋਡ 'ਤੇ ਇੱਧਰ, ਅਤੇ ਕਿੱਧਰ ਗਿਆ ਉਹ ਰਿਹਾ ਆਹ ਵਾਲਾ ਪਹਾੜ ਜਿਹੜਾ ਮੈਂ ਤੈਨੂੰ ਹੁਣ ਸ਼ੋਅ ਕਰੀ ਜਾਂਦਾ, ਵੀ ਇਹ ਥੰਮਸਅਪ ਬਣਿਆ ਹੋਇਆ ਇੱਥੇ, ਜਿਹੜਾ ਆਪਣੇ ਥੰਮਸਅਪ ਨਹੀਂ ਉਹ ਪੀਂਦੇ ਆਪਾਂ, ਉਹ 'ਤੇ ਨਿਸ਼ਾਨ ਹੁੰਦਾ, ਉਹ ਵਾਲਾ ਥੰਮਸਅਪ ਹੈ ਇਹ। ਬਹੁਤ ਨਜ਼ਾਰਾ, ਮਤਲਬ ਕਿ ਅੱਜ ਰੂਹ ਖੁਸ਼ ਹੋ ਗਈ ਯਾਰ ਇਹਨੂੰ ਵੇਖ ਕੇ। ਅੱਗੇ ਟ੍ਰੇਨ 'ਤੇ ਆਉਂਦੇ ਸੀ ਜਦੋਂ ਹਜੂਰ ਸਾਹਿਬ ਜਾਂਦੇ ਸੀ ਨਾ, ਤਾਂ ਟ੍ਰੇਨ 'ਤੇ ਦਿਸਦਾ ਹੁੰਦਾ ਸੀ ਇਹ ਰਾਈਟ ਸਾਈਡ 'ਤੇ, ਅਤੇ ਅੱਜ ਲਾਈਵ ਦੇਖ ਰਿਹਾ ਮੈਂ। ਬਾਏ ਕਾਰ ਯਾਰ ਕਮਾਲ ਹੋ ਗਈ।
ਹੋ ਜੀ ਸ਼ਿਰੜੀ ਦਾ ਅਤੇ ਸਾਈਂ ਬਾਬਾ ਦਾ ਇੱਥੋਂ ਐਂਟਰੀ ਹੈ ਮੇਰੇ ਖਿਆਲ ਨਾਲ ਗੇਟ ਨੰਬਰ 1 ਅੰਦਰ ਜਾ ਕੇ ਮੰਦਰ ਹੈ ਪਰ ਹੁਣ ਤਾਂ ਬੰਦ ਕੀਤਾ ਹੋਇਆ ਸ਼ਾਇਦ तो टाइम हो गया जी 11 बज चुके ने दो बैल होते हैं ना हैं दो बैल इधर से जुटते हैं हां दो बैल से करते हैं हां एक ही हो अभी 15 मिनट में छूट गए अच्छा अच्छा हां अपने अभी इधर से थे अपने ट्रैक्टर ना हलवांदे ना ए आई आंदे हैं आ हल है दो बल्द ला लेंदे आगे ते कर लेंदे अपने तो बल्द पैंदे ना आवारा फिरदे हैं उन्हें लाओ किसी काम सड़कों पे किसी बीच बजदे हमारे ना आवारा आवारा हो चुके हैं उसको किसी काम में नहीं लाते क्योंकि ट्रैक्टर से मशीन ही हो गया ना हमारे सारा काम ज्यादा तो ट्रैक्टर हो गया हां ट्रैक्टर है मामला हो गया जी ये सामने वो सामने क्या वो सामने नारियल वाले हैं नारियल नारियल तो है वो है क्या जी पहले से कंपनी ये कंपनी खेतों में खड़े हैं कोई महाराष्ट्र का पिंड है दिखा दे पिंड तो नहीं गए ढाणी जिवें नहीं कहते ढाणी च बैठे हैं भाई पिंड तो बाहर है पिंड से बाहर है ना ये गाँव से बाहर है हमारे ढाणी कहते हैं उसको ढाणी तो ढाणी च बैठे ये वधिया माहौल है इन्हों का एक दो घर है इतने एक उधरली साइड है पिछे एक और है घर एक इधरली साइड आ गया घर बहुत वधिया माहौल है मैंने कहते रेस्ट करो तो फिर चलेंगे मैं रेस्ट रुस्ट नहीं करनी की हूँ बिना रेस्ट सो गए तो सो गए हैं अभी सोना नहीं है नहीं रेस्ट के बाद सो गए तो हाँ फिर नहीं पहुँचा जाएगा भाई है अज सफर सवेर तो लैके हूँ तक कर चुके हैं मैं 350 किलोमीटर ठीक है 350 किलोमीटर 4:30 बजे तो 4:30 चले 11 बजे पहुंचा बहुत टाइम लग गया परसों निकले थे तो बाकी हो गई ठीक हो बढ़िया फैमिली रेडी है बस रोटी पानी खा के तो फिर निकलते हैं बड़ा वधिया माहौल लग जाता यार वैसे तो जी करता भी अज की दिहाड़ी इतने रुकी है पर टाइम नहीं है की करिए हैं